ਇੱਕ ਭੈਣ ਸੜਕਾਂ ਤੇ ਲਵਾਰਸਾਂ ਵਾਂਗ ਘੁੰਮ ਰਹੀ ਆ। ਭੈਣੇ ਸਤਿ ਸ੍ਰੀ ਅਕਾਲ, ਰੋਈ ਕਾਹਤੋਂ ਜਾਂਦੀ ਆ, ਕੀ ਹੋ ਗਿਆ ਮੇਰੀ ਭੈਣ ਨੂੰ? ਭੈਣ ਦੇ ਹਾਲਾਤਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋਵੋਗੇ ਵੀ ਕਿਹੜੇ ਹਾਲਾਤਾਂ 'ਚ ਉਹਦੀ ਗੁਜ਼ਰਨਾ ਪੈ ਰਿਹਾ। ਕੀ ਗੱਲ ਹੋ ਗਈ ਫਿਰ, ਰੋਈ ਕਾਹਤੋਂ ਜਾਂਦੀ ਆ? ਰੋਈ ਕਾਹਤੋਂ ਜਾਂਦੀ ਆ ਮੇਰੀ ਭੈਣ ਕਸ਼ਮਿੰਦਰ? ਹੈਂ, ਕਿਹੜਾ ਕਸ਼ਮਿੰਦਰ? ਰੋਨੀ ਕਾਹਤੋਂ ਆ? ਤੂੰ ਭੈਣੇ ਘਰ ਕਾਹਤੋਂ ਛੱਡਤਾ? ਕੀ ਗੱਲ ਹੋ ਗਈ ਸੀਗਾ, ਵਾਲ ਕਿਵੇਂ ਕਟਾ ਲਏ ਤੂੰ? ਜੇ ਆਪਾਂ ਆਪਣਾ ਸਾਰੇ ਫਰਜ਼ ਸਮਝੀਏ ਤਾਂ ਏਦਾਂ ਸਾਡੀਆਂ ਧੀਆਂ, ਸਾਡੀਆਂ ਇਹ ਭੈਣਾਂ ਏਦਾਂ ਰੋੜ ਦੇਣਾ ਸੜਕਾਂ 'ਤੇ? ਮਾਤਾ ਸਤਿ ਸ਼੍ਰੀ ਅਕਾਲ, ਕੀ ਨਾਮ ਆ ਤੁਹਾਡਾ? ਉੱਚੀ ਬੋਲ ਮਾੜਾ ਜਿਹਾ। ਖੁਸ਼ਵਿੰਦਰ ਕਿੱਥੋਂ? ਹੈ ਸੰਗੇੜਾ? ਕਲੇਰਾਂ ਇਹ ਕਿੱਥੇ ਆ? ਹੈਂਜੀ, ਅੰਮ੍ਰਿਤਸਰ ਕੋਈ ਹੈਗਾ ਕਰਦਾ ਕੋਈ ਬੰਦਾ, ਕੋਈ ਜਾਣਦਾ ਨੰਬਰ ਯਾਦ ਆ ਕਿਸੇ ਦਾ? ਕੀ ਤਕਲੀਫ ਕੀ ਆ ਤੁਹਾਨੂੰ? ਹੈ ਸਰੀਰ ਦਾ ਉਹਦਾ? ਅੱਛਾ, ਉੱਥੇ ਭੇਜ ਦਈਏ ਤੁਹਾਨੂੰ, ਉੱਥੇ ਮਨੁੱਖਤਾ ਦੀ ਸੇਵਾ ਵਾਲਿਆਂ ਕੋਲੇ, ਉੱਥੇ ਘਰ ਭੇਜ ਦਈਏ ਮਨੁੱਖਤਾ ਦੀ ਸੇਵਾ ਵਾਲਿਆਂ ਕੋਲੇ, ਉੱਥੇ ਨਾਲੇ ਇਲਾਜ ਹੋ ਜੂ। ਠੀਕ ਆ, ਆ ਵੀਡੀਓ ਪਾ ਦਿੰਦੇ ਆ ਉਹਨਾਂ ਨੂੰ ਤੇ ਤੈਨੂੰ ਲੈ ਜਾਣਗੇ ਆ ਕੇ। ਅੱਜ ਬੱਚੇ ਬੁੱਚੇ ਕਹਿੰਦੇ ਆ, ਬੱਚੇ ਦੋ ਆ, ਉਹ ਕੀ ਕਰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜ੍ਹੇ ਜੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਲੁਧਿਆਣੇ। ਅੱਜ ਗੁਰੂ ਦੇ ਘਰ ਤੋਂ ਕਾਲ ਆਈ ਸੀ, ਇੱਕ ਸੁਨੇਹਾ ਆਇਆ ਸੀ, ਇੱਕ ਭੈਣ ਸੜਕਾਂ 'ਤੇ ਘੁੰਮ ਰਹੀ ਹੈ, ਇੱਕ ਮਾਂ ਸੜਕਾਂ 'ਤੇ ਲਵਾਰਸਾਂ ਵਾਂਗ ਘੁੰਮ ਰਹੀ ਆ। ਦਿਮਾਗੀ ਹਾਲਾਤ ਠੀਕ ਨਹੀਂ, ਪਰ ਦੱਸਦੀ ਆ ਮੈਂ ਪਟਿਆਲੇ ਜ਼ਿਲ੍ਹੇ ਤੋਂ ਹਾਂ, ਕਿਤੇ ਕਿਹੜਾ ਜ਼ਿਲ੍ਹਾ ਦੱਸਦੀ ਆ। ਅਤੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ, ਧਿਆਨ ਨਾਲ ਦੇਖਿਓ ਮੇਰੀ ਇਸ ਭੈਣ ਵੱਲ, ਸ਼ੇਅਰ ਕਰਿਓ ਸਾਡੀ ਇਸ ਵੀਡੀਓ ਨੂੰ। ਜੇ ਕੋਈ ਪਹਿਚਾਣਦਾ ਵਾ ਭੈਣ ਨੂੰ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਲਿਓ ਜ਼ਰੂਰ। ਭੈਣੇ ਸਤਿ ਸ਼੍ਰੀ ਅਕਾਲ, ਰੋਈ ਕਾਹਤੋਂ ਜਾਂਦੀ ਆ? ਕੀ ਹੋ ਗਿਆ ਮੇਰੀ ਭੈਣ ਨੂੰ? ਹੈ ਭੈਣ, ਰੋਨੀ ਕਾਹਤੋਂ? ਆਇਆ ਉੱਧਰ ਸ਼ਾਮੇ ਆ ਜਾ, ਹਾਂ ਭੈਣੇ ਆ ਜਾ, ਸ਼ਾਮੇ ਆ ਜਾ, ਉਹਦੇ ਸਾਹਮਣੇ ਗੱਡੀ ਕੋਲ ਚੱਲਦੇ, ਉੱਥੇ ਆ ਜਾ, ਆ ਜਾ ਮੇਰੀ ਭੈਣ, ਰੋ ਨਾ, ਆ ਲਫਾਫਾ ਚੱਕ ਲਿਆ। ਕੀ ਹੋ ਗਿਆ ਮੇਰੀ ਭੈਣ ਨੂੰ? ਭੈਣੇ ਡਰ ਨਾ ਜਮਾਂ ਹੀ ਤੂੰ, ਅਸੀਂ ਤੇਰੇ ਭਰਾ ਵਾਂ, ਤੇ ਆ ਰਿਹਾ ਮੇਰੀ ਬੇਟੀ ਆ, ਮੇਰੀ ਭੈਣ ਆ, ਨਵਨੀਤ ਭੈਣ ਆਈ ਆ। ਨਵਨੀਤ ਭੈਣ ਅੱਗੇ ਆ ਜਾ ਇੱਧਰਲੇ ਪਾਸੇ। ਨਵਨੀਤ, ਇਸ ਭੈਣ ਦੇ ਹਾਲਾਤਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋਵੋਗੇ ਵੀ ਕਿਹੜੇ ਹਾਲਾਤਾਂ 'ਚ ਉਹਦੀ ਗੁਜ਼ਰਨਾ ਪੈ ਰਿਹਾ ਭੈਣ ਨੂੰ। ਪਰ ਜੇ ਆਪਾਂ ਆਪਣਾ ਸਾਰੇ ਫਰਜ਼ ਸਮਝੀਏ ਤਾਂ ਇੱਦਾਂ ਸਾਡੀਆਂ ਧੀਆਂ, ਸਾਡੀਆਂ ਇਹ ਭੈਣਾਂ ਇੱਦਾਂ ਰੋੜ ਦੇਣਾ ਸੜਕਾਂ ਦੇ ਉੱਤੇ। ਹੁਣ ਪਤਾ ਨਹੀਂ ਕਿਹੜੀ ਮਜਬੂਰੀ 'ਚ ਕਿਵੇਂ, ਜਾਂ ਤਾਂ ਘਰੋਂ ਇਹ ਵਿਛੜ ਗਈ ਕਿਸੇ ਗੱਲੋਂ, ਜਾਂ ਘਰੋਂ ਘਰ ਰਾਹ ਭੁੱਲ ਗਈ, ਜਾਂ ਕੀ ਹੋਇਆ ਇਹ ਰੱਬ ਜਾਣਦਾ। ਭੈਣੇ ਤੇਰਾ ਨਾਂ ਕੀ ਆ? ਹੈਂ, ਖੁਸ਼ਵਿੰਦਰ?
ਕੁਰਸੀ ਫੜ ਲਈ ਦੁਕਾਨ ਤੋਂ ਕਿਸੇ ਤੋਂ ਮਾੜੀ। ਖੁਸ਼ਵਿੰਦਰ ਕੌਰ ਕਿਹੜਾ ਖੁਸ਼ਵਿੰਦਰ ਜੀ, ਕੀ ਗੱਲ ਹੋ ਗਈ ਫਿਰ? ਰੋਈ ਕਾਹਤੋਂ ਜਾਂਦੀ ਆ, ਰੋਈ ਕਾਹਤੋਂ ਜਾਂਦੀ ਆ ਮੇਰੀ ਭੈਣ ਖੁਸ਼ਵਿੰਦਰ? ਹੈਂ ਕਿਹੜਾ ਖੁਸ਼ਵਿੰਦਰ, ਰੋਨੀ ਕਾਹਤੋਂ ਆ? ਤੇਰੇ ਡੈਡੀ ਦਾ ਕੀ ਨਾਮ ਆ? ਕਰਮ ਸਿੰਘ ਦੀ ਕੁੜੀ ਆ ਤੂੰ, ਇੱਧਰ ਦੇਖੀ ਤਾਂ ਮੇਰੇ ਵੱਲ ਨੂੰ। ਅੱਛਾ ਤੂੰ ਕਰਮ ਸਿੰਘ ਦੀ ਕੁੜੀ ਆ, ਪਿੰਡ ਕਿਹੜਾ ਤੇਰਾ? ਪਿੰਡ ਕਲੇਰ। ਕਲੇਰ ਪਿੰਡ ਤੋਂ ਆ ਤੂੰ, ਇਹ ਕਿੱਥੇ ਪੈਂਦਾ ਕਲੇਰ? ਹੈ ਭੈਣੇ ਬਾਬੇ ਬਕਾਲੇ ਵੱਲ ਪੈਂਦਾ। ਬਹਿ ਜਾ ਕੁਰਸੀ ਤੇ, ਬਹਿ ਜਾ, ਬਹਿ ਕੇ ਗੱਲਾਂ ਕਰਦੇ ਆਪਾਂ ਭੈਣੇ, ਬਹਿ ਜਾ। ਅੱਛਾ ਬਾਬੇ ਬਕਾਲੇ ਵਾਲੇ ਪਾਸੇ ਆ ਤੇਰਾ ਪਿੰਡ, ਪੜ੍ਹੀ ਕਿੰਨਾ ਤੂੰ? ਤੇ ਫਿਰ ਤੂੰ ਇਹੋ ਜਿਹੇ ਹਾਲਾਤ ਕਾਹਤੋਂ ਬਣਾਈ ਫਿਰਦੀ ਆਪਦੇ? ਦੇਖ ਹੱਥ ਕਿਵੇਂ ਹੋਏ ਪਏ ਆ, ਆ ਪੈਰ ਕੀ ਨੋਹਾਂ ਦੇ ਹਾਲ, ਬਾਲ ਤੇਰੇ ਕੱਟੇ ਪਏ ਆ, ਇਹੋ ਜਿਹੇ ਕਾਹਤੋਂ ਹਾਲਾਤ ਹੋ ਗਏ? ਇੱਥੇ ਕਾਹਤੋਂ ਤੂੰ ਘੁੰਮ ਰਹੀ ਸੜਕ ਤੇ? ਤੂੰ ਗੁਰੂ ਘਰ ਆਈ ਸੀ, ਮੱਥਾ ਟੇਕਣ ਆਈ ਸੀ? ਤੂੰ ਕਿਹਦੇ ਨਾਲ ਆਈ ਸੀ? ਹੈਂ ਇਕੱਲੀ ਤੂੰ ਆਈ ਸੀ? ਤੇਰੇ ਘਰੇ ਕੌਣ ਆ? ਤੇਰਾ ਮੁੰਡਾ ਤੇਰੀ ਕੁੜੀ ਹੈਗੇ ਆ? ਮੁੰਡੇ ਦਾ ਕੀ ਨਾਂ ਤੇਰੇ ਦਾ? ਹੈਂ ਕੀ ਪੱਲੂ? ਪੰਨੂ? ਕੁੜੀ ਦਾ ਕੀ ਨਾਂ? ਹੈ ਭੈਣ ਕੁੜੀ ਦਾ ਕੀ ਨਾਂ? ਗਗਨਦੀਪ ਕੌਰ। ਪੜ੍ਹਦੀ ਹੈ ਕੁੜੀ ਕਿਹੜੀ ਜਮਾਤ 'ਚ? ਬਾਰਵੀਂ 'ਚ ਪੜ੍ਹਦੀ ਆ। ਤੇ ਮੁੰਡਾ? ਮੁੰਡਾ ਵੀ ਪੜ੍ਹਦਾ। ਘਰ ਵਾਲਾ ਤੇਰੀ? ਹੈਂ ਪਤਾ ਨੀ ਕੀ ਨਾਂ ਉਹਦਾ। ਤੇਰੇ ਪੇਕੇ ਆ ਉੱਥੇ ਕਲੇਰਾਂ ਕੇ ਸਹੁਰੇ ਆ? ਪੇਕੇ ਮਹਿਤੇ ਆ। ਅੱਛਾ ਮਹਿਤੇ ਕਿੱਥੇ? ਚੌਂਕ ਜੀ, ਮਹਿਤੇ ਚੌਂਕ। ਠੀਕ ਆ। ਤੇਰੇ ਬਾਪੂ ਦਾ ਕੀ ਨਾਂ ਸੀ? ਕਰਮ ਸਿੰਘ। ਹੈਗਾ ਬਾਪੂ ਤੇਰਾ? ਭਰਾ ਕਿਹੜਾ? ਭਰਾ ਵੱਡਾ ਵੀ ਪੂਰਾ ਹੋ ਗਿਆ। ਛੋਟਾ ਹੈਗਾ? ਛੋਟਾ ਵੀ ਹੈ। ਛੋਟਾ ਭਰਾ ਤਾਂ ਹੈਗਾ, ਭਰਜਾਈ ਵੀ ਹੈਗੀ ਨਾਲ। ਉੱਥੇ ਮਹਿਤੀ ਰਹਿੰਦੇ ਹੋ? ਤੂੰ ਭੈਣੇ ਘਰ ਕਾਹਤੋਂ ਛੱਡਤਾ? ਕੀ ਗੱਲ ਹੋ ਗਈ ਸੀ? ਬਾਲ ਕਿਵੇਂ ਕਟਾ ਲਏ ਤੂੰ? ਹੈ ਰੋ ਨਾ, ਰੋ ਨਾ, ਰੋ ਨਾ, ਰੋ ਨਾ। ਮੈਂ ਕਿਸੇ ਦਾ ਨੰਬਰ ਜਾ ਰਿਹਾ ਤੈਨੂੰ? ਨਹੀਂ ਜਾ ਰਿਹਾ ਕਿਸੇ ਦਾ ਨੰਬਰ? ਰੋਨੀ ਕਾਹਤੋਂ ਆ ਤੂੰ? ਹਾਲੇ ਤੇਰੀਆਂ ਕੂਹਣੀਆਂ ਕਿਵੇਂ ਰਗੜੀਆਂ ਪਈਆਂ? ਕੀ ਗੱਲ, ਮਾਰਿਆ ਤੇਰਾ ਕਿਸੇ ਨੇ? ਮਾਰਿਆ ਤੈਨੂੰ ਕਿਸੇ ਨੇ? ਮਾਰਿਆ ਹੀ ਤੈਨੂੰ? ਰੋ ਨਾ, ਰੋ ਨਾ, ਰੋ ਨਾ। ਅਰੇ ਆ ਮੇਰੀ ਭੈਣ ਆ ਸਤਵੀਰ, ਇਹਦੇ ਨਾਲ ਗੱਲ ਕਰ ਲੈ। ਲੈ ਸਤਵੀਰ ਪੁੱਛੀ ਇਹਨੂੰ। ਮੈਂ ਮੈਨੂੰ ਦੱਸ ਦੇ ਕੀ ਹੋ ਗਿਆ, ਕਿਸੇ ਨੇ ਪਰੇਸ਼ਾਨ ਕੀਤਾ ਕਿਸੇ ਨੇ? ਬਾਬੇ ਬਕਾਲੇ ਤੋਂ ਦੱਸਦੀ ਆ ਭੈਣ ਆਪਦਾ ਪਿੰਡ, ਦੱਸਦੀ ਆ ਕਲੇਰ ਸਹੁਰਾ ਪਿੰਡ, ਤੇ ਪੇਕੇ ਦੱਸਦੀ ਆ ਮਹਿਤੇ, ਮਹਿਤਾ ਚੌਂਕ ਦੇ ਵਿੱਚ ਹੀ ਆ ਪੇਕੇ। ਇੱਧਰ ਨੂੰ ਹੋ ਜਾਓ ਭੈਣੇ, ਲੰਘ ਲੈਣ ਦੋ ਗੱਡੀ ਨੂੰ। ਤੇ ਇਸ ਭੈਣ ਦੀ ਜਿਹੜੀ ਹਾਲਤ ਆ,
ਉਹ ਤੁਹਾਡੇ ਸਾਹਮਣੇ ਹੀ ਆ। ਕੀ ਗੱਲ ਹੋ ਗਈ ਰੋਨੇ ਕਾ ਤੋਂ? ਸਾਡੀ ਤਾਂ ਇੱਕ ਬੇਨਤੀ ਆ ਵੀ ਜੇ ਕੋਈ ਸਾਡੀ ਇਸ ਵੀਡੀਓ ਨੂੰ ਦੇਖ ਰਿਹਾ ਵਾ ਤਾਂ ਜਾਂ ਤਾਂ ਕਦੋਂ ਦੀ ਆਈ ਹੋਈ ਹੈ ਪਤਾ ਤੈਨੂੰ, ਇਹਨੂੰ ਸ਼ੇਅਰ ਕਰੋ ਜੀ ਵੱਧ ਤੋਂ ਵੱਧ, ਜਾਂ ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਲੇਰ ਪਿੰਡ ਦੇ ਵਿੱਚ ਕੋਈ ਜੇ ਵੀਰ ਭਰਾ ਸਾਡੀ ਵੀਡੀਓ ਦੇਖਦਾ ਜੇ ਕੋਈ ਇਹਨੂੰ ਪਹਿਚਾਣਦਾ ਉਹ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰਨ। ਭੈਣੇ ਘਰੇ ਜਾਣਾ ਚਾਹੁੰਦੀ ਹਾਂ ਤੂੰ? ਹੈ ਨਾ, ਕੋਈ ਨਾ ਤੈਨੂੰ ਘਰੇ ਭੇਜਾਂਗੇ। ਤੂੰ ਮੇਰੀ ਭੈਣ ਆ, ਇਹ ਮੇਰੀ ਸਤਵੀਰ ਭੈਣ ਆ, ਤੂੰ ਮੇਰੀ ਕੀ ਨਾਮ ਭੈਣ ਦਾ ਮੇਰੀ ਦਾ ਖੁਸ਼ਮਿੰਦਰ ਕੌਰ, ਹੈ ਨਾ ਖੁਸ਼ਮਿੰਦਰ, ਆਪਾਂ ਤੈਨੂੰ ਘਰੇ ਛੱਡ ਕੇ ਆਵਾਂਗੇ। ਅੱਛਾ ਤੂੰ ਘਰੋਂ ਨਿਕਲੀ ਕਾਹਤੋਂ, ਕੀ ਹੋ ਗਿਆ ਸੀ? ਹੈਂ ਰੋ ਨਾ, ਮੈਨੂੰ ਬੋਲ ਕੇ ਦੱਸ ਕੀ ਗੱਲ ਹੋਈ। ਦੱਸ ਬੋਲ ਕੇ ਦੱਸ, ਬੋਲ ਕੇ ਦੱਸ ਕੀ ਹੋਇਆ? ਹੈਂ ਦੱਸ ਬੋਲ ਕੇ ਕੀ ਹੋਇਆ? ਘਰ ਕਾਹਤੋਂ ਛੱਡਿਆ? ਮਾਰਦਾ ਕੁੱਟਦਾ ਸੀ ਕੋਈ? ਮਾਰਦਾ ਸੀ ਕੋਈ? ਹੈਂ ਕੌਣ ਮਾਰਦਾ ਸੀ? ਆ ਜਾ ਉੱਤੇ ਸਾਈਡ 'ਤੇ ਕਰ ਲੈਂਦੇ, ਆ ਜਾ ਆ ਜਾ ਇੱਥੇ ਆ ਜਾ, ਉੱਥੇ ਮੂਹਰੇ ਆ ਜਾਂਦੇ ਭੈਣੇ, ਆ ਜਾ ਲੋਕਾਂ ਨੂੰ ਵੀ ਨਹੀਂ ਆਪਾਂ ਤੰਗ ਕਰਨਾ, ਇੱਥੇ ਆ ਜਾਓ, ਇੱਥੇ ਬਿਠਾ ਦਿਓ, ਬਹਿ ਜਾ ਖੁਸ਼ਮਿੰਦਰ ਬਹਿ ਜਾ। ਘਰੇ ਕੋਈ ਤੰਗ ਕਰਦਾ ਹੀ ਜਾਂਦਾ ਹੈ? ਫਿਰ ਮੁੰਡਾ ਤੇਰਾ ਕੀ ਕਰਦਾ ਵਾ? ਮੁੰਡਾ ਪਿਆਰ ਨਹੀਂ ਕਰਦਾ ਤੈਨੂੰ? ਕਰਦਾ ਵਾ। ਫਿਰ ਤੂੰ ਬੱਚਿਆਂ ਨੂੰ ਛੱਡ ਕੇ ਕਾਹਤੋਂ ਆ ਗਈ ਕਮਲੀਏ? ਘਰ ਥੋੜ੍ਹੀ ਛੱਡੀਦਾ ਹੈ ਥੋੜ੍ਹਾ ਖੁਸ਼ਮਿੰਦਰ, ਘਰ ਥੋੜ੍ਹੀ ਛੱਡੀਦਾ। ਮੰਮੀ ਤੇਰੀ ਕਿੱਥੇ ਆ? ਬਾਈ ਆਟੋ ਗਾਂਹ ਕਰਾ ਦਿਓ ਮਾੜਾ ਜਿਹਾ। ਸਤਿ ਸ਼੍ਰੀ ਅਕਾਲ ਬਾਈ। ਹੈ ਭੈਣੇ ਹੈਗੀ ਮੰਮੀ? ਤੂੰ ਮਾਂ ਕੋਲ ਗਈ ਸੀ ਨਾ? ਮੋਬਾਈਲ ਨੰਬਰ ਯਾਦ ਆ ਕਿਸੇ ਦਾ? ਹੈਗਾ ਪਰਚੀ ਹੈਗੀ ਕੋਈ ਨਾਮ ਨੰਬਰ? ਕਿਹਦਾ ਨੰਬਰ ਨਹੀਂ ਯਾਦ? ਜੇ ਯਾਦ ਆ ਨੰਬਰ ਤਾਂ ਆਪਾਂ ਉਹਨੇ ਫੋਨ ਕਰ ਲੈਂਦੇ ਹਾਂ ਉਹਨਾਂ ਨੂੰ। ਕਰਾਂ ਫੋਨ ਮੈਂ? ਲੈ ਮੇਰਾ ਫੋਨ ਲੈ ਕੇ ਨਾ ਤੂੰ, ਚੱਲ ਫੜ ਫੋਨ ਕਰ ਲੈ ਉਹਨਾਂ ਨੂੰ, ਉਹਨਾਂ ਨੂੰ ਕਹਿ ਮੈਂ ਬੈਠੀ ਹਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ, ਲੈ ਫੜ ਮੈਨੂੰ ਆ ਕੇ ਲੈ ਕੇ ਜਾਓ, ਨੰਬਰ ਡਾਇਲ ਕਰਦੇ ਕੀ ਆ। ਯਾਦ ਨਹੀਂ ਆ ਨੰਬਰ? ਤੈਨੂੰ ਯਾਦ ਹੋਊਗਾ ਨੰਬਰ ਤਾਂ, ਤੇਰੇ ਮੁੰਡੇ ਦਾ ਨੰਬਰ ਤਾਂ ਯਾਦ ਆ ਤੈਨੂੰ। ਸਾਨੂੰ ਉੱਥੇ ਪਿੰਡ ਜਾ ਕੇ ਲੱਭਣਾ ਪੈਣਾ ਜੇ ਤੈਨੂੰ ਨੰਬਰ ਯਾਦ ਆ ਭੈਣ ਬਣ ਕੇ, ਇੱਥੇ ਡਾਇਲ ਕਰਦੇ ਨੰਬਰ। ਨਹੀਂ ਯਾਦ? ਕੋਈ ਨਾ ਕੋਈ ਨਾ, ਅਸੀਂ ਕਿਸੇ ਨੂੰ ਭੇਜ ਕੇ ਪਿੰਡ ਤੇਰੇ ਪਤਾ ਕਰਾਈਏ, ਹੈ ਨਾ, ਤੈਨੂੰ ਪਿੰਡ ਭੇਜਾਂਗੇ ਅਸੀਂ। ਕੋਈ ਨਾ ਘਬਰਾ ਨਾ, ਤੂੰ ਮੇਰੀ ਛੋਟੀ ਭੈਣ ਆ। ਕਿੰਨੇ ਸਾਲ ਦੀ ਉਮਰ ਹੈ ਤੇਰੀ? ਪਤਾ ਨਹੀਂ ਆ ਤੇਰਾ ਮੁੰਡਾ ਕਿੰਨੇ ਸਾਲਾਂ ਦਾ ਹੈ ਭੈਣੇ? ਛੇਵੀਂ ਚ ਪੜ੍ਹਦਾ ਸੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਤ ਪ੍ਰਸ਼ਾਦ ਜਪ ਆਦਿ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋ ਸੱਚ ਸੱਚ। ਵਾਹਿਗੁਰੂ ਜੀ ਮਿਹਰ ਕਰਿਓ ਮੇਰੀ ਭੈਣ ਨੂੰ, ਤੰਦਰੁਸਤੀ ਬਖਸ਼ਿਓ, ਮੇਰੀ ਭੈਣ ਠੀਕ ਹੋ ਕੇ ਆਪਣੇ ਘਰੇ ਵਧੀਆ ਰਹੇ ਆਪਣੇ ਬੱਚਿਆਂ 'ਚ, ਹੈ ਨਾ। ਕੁੜੀ ਵੀ ਵਿਆਹੁਣੀ ਹੈ ਜੀ ਆਪਾਂ, ਹੈ ਨਾ ਗਗਨਦੀਪ ਹੈ ਨਾ ਕੁੜੀ ਦਾ ਨਾਂ, ਮੁੰਡੇ ਦਾ ਨਾਂ ਨਹੀਂ ਮੈਨੂੰ ਸਮਝ ਆਇਆ। ਪੱਲੂ
ਪੱਲੂ ਆ, ਪੱਲੂ ਨੂੰ ਵੀ ਵਿਆਹਣਾ ਹਜੇ, ਪੱਲੂ ਵਿਆਹ ਤਾ, ਪੱਲੂ ਵਿਆਹਣਾ ਨਾ, ਅਸੀਂ ਆਵਾਂਗੇ ਮਾਮੇ ਬਣ ਕੇ, ਸਾਨੂੰ ਸੱਦੇਗੀ ਨਾ, ਦੇਖ ਆਪਣੀ ਤਾਂ ਹੁਣ ਰਿਸ਼ਤੇਦਾਰੀ ਪੈ ਗਈ, ਅੱਜ ਤੂੰ ਸਾਡੇ ਘਰ ਦੀ ਧੀ ਬਣ ਜਾਣਾ, ਹੁਣ ਚੱਲੀਏ, ਚੱਲ ਸੋਹਣੇ ਕੱਪੜੇ ਪਾ ਕੇ ਨਹਾ ਕੇ ਫਿਰ ਤੇਰਾ ਘਰ ਲੱਭਣ ਚੱਲਾਂਗੇ ਆਪਾਂ, ਠੀਕ ਹੈ ਭੈਣੇ, ਚੱਲ ਚੱਲੀ ਯਾਰ, ਜੇ ਨਹੀਂ ਨੰਬਰ ਯਾਦ ਕੋਈ ਨਾ ਫੋਨ ਮੈਨੂੰ ਫੜਾ ਦੇ, ਜੇ ਤੂੰ ਰੱਖਣਾ ਰੱਖ ਲੈ ਫੋਨ, ਲੈਣਾ ਵਾ ਫੋਨ, ਬਾਅਦ 'ਚ ਕਰ ਲਈ ਗੱਲ, ਲੈ ਲੈ ਕੋਈ ਪੱਕੀ ਗੱਲ ਆ, ਚੱਲ ਫਿਰ ਚੱਲੀਏ, ਚੱਲ ਮੇਰੀ ਛੋਟੀ ਭੈਣ ਖੜੀ ਹੋ, ਖੁਸ਼ਮਿੰਦਰ ਕੁਰੇ ਚੱਲ ਖੜੀ ਹੋ, ਚੱਲੀਏ ਘਰ ਨੂੰ ਚੱਲਦੇ ਆਪਾਂ, ਚੱਲੀਏ, ਆ ਰਹੇ ਸਤਵੀਰ ਭੈਣ ਨਾਲ ਜਾਂਦੇ ਤੇਰੇ, ਆ ਮੇਰੀ ਕੁੜੀ ਆ ਨਾਲ, ਆ ਰਹੇ ਆ ਨਵਨੀਤ ਭੈਣ ਆਈ, ਆ ਨਵਨੀਤ ਕੌਰ ਆ ਰਹੇ ਇੱਧਰ, ਆ ਨਵਦੀਤ ਭੈਣ, ਆ ਭੈਣ, ਸਾਰੇ ਤੈਨੂੰ ਲੈਣ ਆਏ ਹਾਂ ਅਸੀਂ, ਚੱਲੀਏ ਖੁਸ਼ਮਿੰਦਰੇ, ਉੜੇ ਖੁਸ਼ਮਿੰਦਰੇ, ਚੱਲੀਏ, ਚੱਲ ਕੋਈ ਨਾ, ਜੂਆਂ ਵਾਂ ਆਪਾਂ ਕੱਢ ਦੇਣੀਆਂ ਸਾਰੀਆਂ, ਜੂਆਂ ਲਪੇਟ ਦੇਣੀਆਂ ਜਾ ਕੇ ਆਪਾਂ, ਚੱਲ ਚੱਲੀਏ ਆ ਜਾ, ਬਸ ਜੀ ਬੇਨਤੀ ਹੋਈ ਆ ਸਾਰਿਆਂ ਨੂੰ, ਸ਼ੇਅਰ ਕਰਿਓ ਜੀ ਇਸ ਭੈਣ ਦੀ ਤਸਵੀਰ ਨੂੰ, ਆਪਣੇ ਫਰਜ਼ ਨੂੰ ਸਮਝਦੇ ਹੋਏ ਇਹ ਡਿਊਟੀ ਜ਼ਰੂਰ ਨਿਭਾਇਓ, ਤਾਂ ਜੋ ਖੁਸ਼ਮਿੰਦਰ ਭੈਣ ਆਪਣਿਆਂ ਵਿੱਚ ਪਹੁੰਚ ਸਕੇ, ਕਾਰਨ ਪਤਾ ਲੱਗ ਸਕੇ ਕਿਉਂ ਇਹਨਾਂ ਹਾਲਾਤਾਂ 'ਚ ਆਈ ਆ, ਅਤੇ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦਾ ਆਪਾਂ ਹੱਲ ਕਰ ਸਕੀਏ, ਸੱਚੇ ਪਾਤਸ਼ਾਹ ਸਾਨੂੰ ਸਮਰੱਥਾ ਬਖਸ਼ਣੇ ਨੇ, ਅਰਦਾਸ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਖੁਸ਼ਮਿੰਦਰ ਫਿਕਰ ਨਹੀਂ ਕਰਨਾ ਤੂੰ, ਇੱਥੇ ਕਿਸੇ ਨੇ ਮਾਰਿਆ ਤੇਰੇ, ਹੈਂ ਕਿਹਨੇ ਮਾਰਿਆ, ਬਾਬਾ ਮਾਰਦਾ, ਕਿਹੜਾ ਬਾਬਾ, ਕਿੱਥੇ ਬਾਬਾ, ਇੱਥੇ, ਹੈਂ ਮਾਰਦਾ ਉਹ, ਉਹਨੇ ਮਾਰਿਆ, ਇਹ ਕੀ ਮਾਰਿਆ ਸੀ, ਡੰਡਾ ਮਾਰਿਆ, ਡੰਡਾ ਮਾਰਿਆ ਇੱਥੇ ਧੌਣ ਤੇ, ਵੱਜਿਆ ਹੋਇਆ, ਅੱਛਾ ਜ਼ਖਮ ਆ, ਰੁਕੀ ਜਾਂਦੀ ਬਾਬਾ, ਕੋਈ ਨਾ ਭੈਣੇ, ਸਿਰੇ ਮਾਰਦੇ, ਕੋਈ ਨਾ ਭੈਣੇ, ਕੋਈ ਗੱਲ ਨਹੀਂ, ਆਪਾਂ ਡਾਕਟਰ, ਉਹ ਬਾਬਾ ਵੀ ਆਪਣਾ ਹੀ ਹੈ, ਕੋਈ ਨਾ, ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੈ ਨਾ, ਅਸੀਂ ਤਾਂ ਤੇਰੇ ਭਰਾ ਵਾਂ, ਅਸੀਂ ਤਾਂ ਤੇਰੇ ਭਰਾ ਵਾਂ, ਤੈਨੂੰ ਭਰਾ ਬਣਾ ਕੇ, ਭੈਣ ਬਣਾ ਕੇ ਲੈ ਕੇ ਚੱਲਿਆ ਤੇਰੇ ਭਰਾ, ਆ ਰਿਹਾ ਤੇਰੀ ਭੈਣ ਆ ਸਤਵੀਰ, ਹੈ ਨਾ, ਬਹਿ ਜਾ, ਬਹਿ ਜਾ, ਬਹਿ ਜਾ ਗੱਡੀ 'ਚ, ਬਹਿ ਜਾ, ਕੋਈ ਨਹੀਂ ਮਾਰਦਾ ਤੇਰੇ। ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਲੁਧਿਆਣੇ ਅਸੀਂ ਖੜ੍ਹੇ ਹਾਂ, ਉੱਥੋਂ ਸਾਨੂੰ ਕਾਲ ਆਈ ਸੀ ਵੀ ਇੱਥੇ ਇੱਕ ਭੈਣ ਭਟਕ ਰਹੀ ਆ, ਰੋ ਰਹੀ ਆ, ਇੱਦਾਂ ਹੀ ਘੁੰਮ ਰਹੀ ਹੈ ਸੜਕ 'ਤੇ, ਬਾਹਰ ਦੁਕਾਨਾਂ 'ਤੇ ਸੌ ਜਾਂਦੀ ਆ, ਅਤੇ ਤੁਸੀਂ ਸਮਝ ਸਕਦੇ ਹੋ ਸਮਾਜ ਦੇ ਵਿੱਚ ਸਾਡੇ ਦਰਿੰਦੇ ਕਿੱਦਾਂ ਦੇ ਬਹਿਰੂਪੀਏ ਘੁੰਮਦੇ ਆ, ਸਾਡੀਆਂ ਧੀਆਂ ਅਤੇ ਭੈਣਾਂ ਨੂੰ ਇੱਦਾਂ ਸੜਕਾਂ 'ਤੇ ਰਹਿਣਾ ਸੇਫ ਨਹੀਂ ਹੈਗਾ। ਅਸੀਂ ਅੱਜ ਸੁਪਨਿਆਂ ਦੇ ਘਰ ਤੋਂ ਭੈਣ ਖੁਸ਼ਮਿੰਦਰ ਕੌਰ ਨੂੰ ਲੈਣ ਆਏ ਹਾਂ, ਅਤੇ ਭੈਣ ਖੁਸ਼ਮਿੰਦਰ ਕੌਰ ਆਪਣਾ ਨਾਂ ਖੁਸ਼ਮਿੰਦਰ ਦੱਸਦੀ ਆ, ਆਪਣੇ ਬਾਪ ਦਾ ਨਾਂ ਕਰਮ ਸਿੰਘ ਦੱਸਦੀ ਆ, ਆਪਣੇ ਪੇਕੇ ਪਿੰਡ ਬਾਰੇ ਦੱਸਦੀ ਆ ਵੀ ਮਹਿਤੇ ਚੌਂਕ ਦੇ ਵਿੱਚ ਪੇਕੇ ਆ ਮੇਰੇ, ਅਤੇ ਬਾਬਾ ਬਕਾਲਾ ਸਾਹਿਬ ਦੇ ਕੋਲ ਕਲੇਰ ਪਿੰਡ ਦੇ ਵਿੱਚ ਮੇਰੇ ਸਹੁਰੇ ਆ, ਉੱਥੇ ਮੇਰਾ ਮੁੰਡਾ ਵੀ ਆ ਅਤੇ ਮੇਰੀ ਕੁੜੀ ਵੀ ਹੈ ਗਗਨਦੀਪ ਕੌਰ। ਅਤੇ ਘਰ ਵਾਲੇ ਦਾ ਕੀ ਨਾਂ ਦੱਸਿਆ ਭੈਣੇ? ਕੁਲਦੀਪ ਸਿੰਘ ਘਰ ਵਾਲੇ ਦਾ ਨਾਂ ਦੱਸਦੀ ਹੈ ਭੈਣ, ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ, ਤੁਸੀਂ ਵੀ ਕਰੋ ਕੋਸ਼ਿਸ਼, ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ ਹੇਠਾਂ ਦਿੱਤੇ ਨੰਬਰਾਂ 'ਤੇ,
ਜੇ ਕੋਈ ਨਹੀਂ ਪਹਿਚਾਣਦਾ ਤਾਂ ਸ਼ੇਅਰ ਕਰੋ ਤਾਂ ਜੋ ਭੈਣ ਦੇ ਪਰਿਵਾਰ ਤੱਕ ਆਪਾਂ ਪਹੁੰਚ ਸਕੀਏ। ਅਸੀਂ ਵੀ ਕਿਸੇ ਦੀ ਡਿਊਟੀ ਲਾਵਾਂਗੇ। ਬਾਬਾ ਬਕਾਲਾ ਸਾਹਿਬ ਸਾਡੇ ਮੈਂਬਰ ਹੈਗੇ ਨੇ, ਉਹਨਾਂ ਨੂੰ ਮੁੰਡਿਆਂ ਨੂੰ ਕਹਿੰਦੇ ਹਾਂ ਵੀਰਾਂ ਨੂੰ, ਅਸੀਂ ਭੈਣ ਦੇ ਘਰ ਜਾ ਕੇ ਗੱਲ ਕਰਾਂਗੇ ਇੱਦਾਂ ਦੇ ਕਿਹੜੇ ਕਾਰਨ ਬਣੇ ਵੀ ਭੈਣ ਨੂੰ ਸੜਕ 'ਤੇ ਰਹਿਣਾ ਪਿਆ। ਬਸ ਅਰਦਾਸ ਕਰਿਓ ਇਹ ਭੈਣ ਸੁੱਖੀ ਸੰਦੀ ਆਪਣੇ ਘਰ ਜਾਵੇ ਅਤੇ ਖੁਸ਼ੀਆਂ ਦੇ ਭਰਿਆ ਹੋਇਆ ਜੀਵਨ ਬਤੀਤ ਕਰੇ। ਅਤੇ ਬਾਕੀ ਅਗਲੀ ਸਾਂਝ ਵੀ ਤੁਹਾਡੇ ਨਾਲ ਪਾਵਾਂਗੇ, ਜੋ ਵੀ ਪਤਾ ਲੱਗਦਾ ਤੁਹਾਡੇ ਨਾਲ ਸਾਂਝ ਪਾਵਾਂਗੇ ਅਸੀਂ। ਬਸ ਅਰਦਾਸ ਕਰਿਓ ਅਸੀਂ ਇਸ ਭੈਣ ਦੇ ਭਰਾ ਬਣ ਸਕੀਏ, ਆਉਣ ਵਾਲੇ ਜੀਵਨ 'ਚ ਵੀ ਅਸੀਂ ਇਸ ਭੈਣ ਦੇ ਨਾਲ ਖੜ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।